ਭੈਣੇ ਪਿੱਛੇ ਬੰਨੀਆਂ ਨਾ ਬਾਹਾਂ ਤਕਲੀਫ ਹੁੰਦੀ ਹੈ, ਪਰ ਅਸੀਂ ਧਿਆਨ ਰੱਖਾਂਗੇ ਕੋਈ ਨਾ, ਆਪਾਂ ਇਹਨੂੰ ਅੰਦਰ ਲੈ ਜਾ। ਦੇਖੋ ਕਿਵੇਂ ਭੈਣ ਇੱਕ ਸੁਹਾਗਣ ਆਪਦੀ ਚੁੰਨੀ ਦੇ ਨਾਲ ਬੰਨ ਕੇ ਲੈ ਕੇ ਆਈ ਆ ਆਪਣੇ ਸਿਰ ਦੇ ਸਾਈ ਨੂੰ, ਤੇ ਸਾਨੂੰ ਵੀ ਤਾੜਨਾ ਕਰਦੇ ਵੀ ਇਹਨੂੰ ਖੋਲੋ ਨਾ ਵੀ ਇਹਨੇ ਭੱਜ ਜਾਣਾ। ਪਿਛਲੀ ਵਾਰੀ ਵੀ ਆਈ ਸੀ ਵਿਚਾਰੀ ਦਵਾਈ ਲੈਣ, ਇੱਥੋਂ ਦਵਾਈ ਲੈ ਗਏ ਸੀ ਕਿ ਨਹੀਂ? ਭੱਜ ਗਿਆ ਸੀ। ਆ ਨਿੱਕੀ ਜੀ ਬੱਚੀ, ਇਹਦੀ ਬੇਟੀ ਆ, ਪੈਪ ਡੰਡਾ ਕਾ ਤੋਂ ਇਹਦੇ ਵਾਸਤੇ ਹੀ ਮਾਰਦਾ ਤੁਹਾਨੂੰ ਇਹ? ਦੇਖੋ ਕਿੱਡਾ ਮੰਨ ਲਓ ਪ੍ਰਕੋਪ ਆ ਇਹ, ਵੀ ਇੱਕ ਧੀ ਆਪਣੇ ਬਾਪ ਤੋਂ ਡਰ ਰਹੀ ਆ ਵਿਚਾਰੀ, ਤੇ ਤੁਹਾਡੇ ਨਾਲ ਭੈਣ ਭਰਾ ਰਿਸ਼ਤੇਦਾਰ ਕੋਈ ਆਇਆ? ਮੇਰੇ ਭਾਜੀ ਆਏ ਆ। ਇਹ ਭਰਾ ਵਾ ਤੁਹਾਡਾ? ਨਹੀਂ, ਨਰਦੋਈਏ ਆ। ਨਰਦੋਈਏ, ਹੋਰ ਰਿਸ਼ਤੇਦਾਰ ਸਾਥ ਦਿੰਦੇ ਆ? ਕੋਈ ਨਹੀਂ ਦਿੰਦਾ ਹੈਗਾ, ਕੋਈ ਨਹੀਂ ਦਿੰਦਾ ਜੀ, ਕੋਈ ਲੱਗ ਨਹੀਂ। ਦੇਖੋ ਕਿਵੇਂ ਚੁੰਨੀਆਂ ਨਾਲ ਬੰਨ ਕੇ ਨੂੜ ਕੇ ਲੈ ਕੇ ਆਈ ਆ। ਧੰਨਵਾਦ ਆ। ਇਹ ਨੰਦ ਦੇ ਘਰ ਵਾਲਾ ਨਣਦੋਈ ਆ, ਇਹਦੀ ਭੈਣ ਦੇ ਘਰ ਵਾਲਾ, ਇਹ ਬਾਈ ਦਾ ਜੀਜਾ, ਉਹ ਆਪਦੀ ਜ਼ਿੰਮੇਵਾਰੀ ਨਿਭਾ ਰਿਹਾ। ਟੀ ਸ਼ਰਟ ਪਵਾ ਦੋ। ਅੱਛਾ ਤੁਸੀਂ ਫਾਦਰ ਹੋ? ਬਾਪੂ ਸਤਿ ਸ੍ਰੀ ਅਕਾਲ। ਬਾਪੂ ਕੀ ਹੋਇਆ ਇਹਨਾਂ ਨੂੰ, ਕਿੰਨੇ ਕੁ ਟਾਈਮ ਤੋਂ ਇੱਦਾਂ ਵਾ? ਕਾਫੀ ਦੇਰ ਤੋਂ ਨਹੀਂ, ਮਤਲਬ ਸਾਲ ਹੋ ਗਿਆ, ਜ਼ਿਆਦਾ ਹੋ ਗਿਆ। ਦੇਖੋ ਕਿੰਨੇ ਦੁੱਖ ਦੀ ਗੱਲ ਆ, ਇੱਕ ਵਾਈਫ ਇੱਕ ਬੇਟੀ ਡੰਡਾ ਲਈ ਖੜੀ ਆ, ਵਾਈਫ ਬੰਨ ਕੇ ਲਿਆਈ ਆ, ਬਾਪੂ ਵਿਚਾਰਾ ਕੋਲ ਹੱਥ ਜੋੜੀ ਖੜਾ ਤੇ ਜੀਜਾ ਨਾਲ ਆਇਆ। ਇੱਧਰ ਪਿੱਛੇ ਇੱਕ ਬਾਈ ਸੰਗਲ ਫੜੀ ਖੜਾ, ਬਾਈ ਕਿਵੇਂ ਹੋ, ਕਿੱਥੋਂ ਆਏ ਹੋ, ਇਹ ਕੌਣ ਆ ਬਾਈ? ਭਰਾ ਤੁਹਾਡਾ? ਕਿਉਂਕਿ ਇੱਕ ਭਰਾ ਆਪਦੇ ਭਰਾ ਨੂੰ ਸੰਗਲ ਨਾਲ ਬੰਨੀ ਖੜਾ, ਅੰਦਰ ਲੈ ਆਓ ਵੀਰੇ। ਤੇ ਕਿੱਡਾ ਮਜਬੂਰ ਹੋਊਗਾ ਉਹ ਭਰਾ ਜਿਹੜਾ ਆਪਣੀ ਉਸ ਭਰਾ ਨੂੰ ਜਿੰਦ ਜਾਨ ਨੂੰ ਸੰਗਲ ਨਾਲ ਬੰਨ ਕੇ ਲਿਆਇਆ, ਜਿਹੜੇ ਇੱਕੋ ਕੁੱਖ ਤੋਂ ਜੰਮੇ ਆ, ਇਕੱਠੇ ਹੀ ਖੇਡੇ ਇੱਕੋ ਵਿਹੜੇ ਚ, ਤੇ ਕਿੰਨੀ ਤਕਲੀਫ ਹੁੰਦੀ ਆ ਉਹ ਸੰਗਲ ਜਿਹੜਾ ਜਾਨਵਰਾਂ ਦੇ ਲਾਉਂਦੇ ਆ ਉਹ ਆਪਦੇ ਭੈਣ ਭਰਾ ਦੇ ਲਾਉਣਾ ਪੈਂਦਾ। ਕਿੱਡੀ ਦੁੱਖ ਦੀ ਗੱਲ ਆ ਵੀ ਅੱਜ ਸਾਡੇ ਸਮਾਜ ਦੇ ਵਿੱਚ ਸਾਨੂੰ ਇਦਾਂ ਦੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ, ਜਿੱਥੇ ਸੁਹਾਗਣ ਇੱਕ ਵਿਆਹ ਦੇ ਬੰਧਨ ਦੇ ਵਿੱਚ ਬੰਨੀ ਜਾਂਦੀ ਆ, ਉਹਦੇ ਚੁੰਨੀ ਦਾ ਲਾੜਾ ਚਿਫੜਾਇਆ ਜਾਂਦਾ, ਲਾਵਾਂ ਲਈਆਂ ਜਾਂਦੀਆਂ ਵੀ ਤੂੰ ਇਹਦੀ ਰੱਖਿਆ ਕਰਨੀ ਆ, ਤੂੰ ਹਮੇਸ਼ਾ ਇਹਦਾ ਸਾਥ ਦੇਣਾ, ਤੇ ਉਹ ਧਰਮ ਪਤਨੀ ਆਪਣੇ ਪਤੀ ਨੂੰ ਬੰਨ ਕੇ ਲੈ ਕੇ ਆਈ ਆ, ਤੇ ਮਜਬੂਰੀ ਕਿੱਡੀ ਵੱਡੀ ਆ, ਬਾਪ ਕੋਲੇ ਮਜਬੂਰ ਹੋਇਆ ਖੜਾ, ਧੀ ਹੱਥ ਚ ਡੰਡਾ ਫੜੀ ਖੜੀ ਆ। ਇਹ ਤਸਵੀਰਾਂ ਦਿਲ ਨੂੰ ਦਰਦ ਪਹੁੰਚਾਉਂਦੀਆਂ, ਇਹ ਤਸਵੀਰਾਂ ਦੁੱਖ ਦਿੰਦੀਆਂ ਵੀ ਇਦਾਂ ਦੇ ਹਾਲਾਤ ਕਿਉਂ ਬਣੀ ਜਾ ਰਹੇ ਆ ਪੰਜਾਬ, ਇਦਾਂ ਦੇ ਹਾਲਾਤ ਕਿਉਂ ਬਣੀ ਜਾ ਰਹੇ ਆ ਸਾਡੇ ਸਮਾਜ ਚ। ਚਲੋ ਦੁੱਖ ਤਾਂ ਕਿਸੇ ਦੇ, ਤਕਲੀਫ ਤਾਂ ਕਰਮਾਂ ਦਾ, ਪਰ ਸਾਥ ਦੇਣ ਵਾਲੇ ਵੀ ਮੂੰਹ ਮੋੜ ਜਾਂਦੇ ਆ, ਉਹ ਵੀ ਮੁੱਖ ਮੋੜ ਜਾਂਦੇ ਆ, ਇਹ ਉਸ ਤੋਂ ਵੀ ਵੱਧ ਦੁੱਖ ਦੀ ਗੱਲ ਆ।
ਕੀ ਕੰਮ ਕਰਦਾ ਸੀ ਭੈਣੇ ਪੀ ਦਾ? ਬੱਚੇ ਕਿੰਨੇ ਤੁਹਾਡੇ? ਤੇਰਾ ਕੀ ਨਾਂ ਪੁੱਤ? ਸਿਮਰਜੀਤ, ਪੜ੍ਹਦੀ ਆ ਤੂੰ ਕਿਹੜੀ ਜਮਾਤ ਚ? ਠੀਕ ਆ। ਪਾਪਾ ਤੋਂ ਡਰ ਲੱਗਦਾ ਤੈਨੂੰ? ਕਿਉਂ ਮਾਰਦੇ ਆ? ਤੇਰੇ ਵੀ ਮਾਰਦੇ ਆ? ਹੋਰ ਦਾਦੂ ਦੇ ਵੀ ਮਾਰਦੇ ਆ? ਅੱਛਾ ਬਾਪੂ, ਇਹ ਪਹਿਲਾਂ ਤੋਂ ਹੀ ਏਦਾਂ ਸੀਗਾ? ਹੈਂਜੀ, ਥੋੜੇ ਸਾਲਾਂ ਤੋਂ। ਨਹੀਂ ਹੋਇਆ ਕੀ? ਕੋਈ ਨਸ਼ਾ ਕਰਦਾ ਸੀ? ਨਸ਼ਾ ਨੁਸ਼ਾ ਨਹੀਂ ਕੋਈ ਕਰਦਾ ਸੀ। ਕੋਈ ਭੰਗ ਭੁੰਗ ਪੀਂਦਾ ਹੋਵੇ? ਕੁਛ ਨਹੀਂ। ਨਹੀਂ ਨਹੀਂ, ਕੁਛ ਨਹੀਂ ਨਸ਼ਾ ਸੀ। ਤੇ ਕੋਈ ਤੁਹਾਡੇ ਪਰਿਵਾਰ ਚ ਪਹਿਲਾਂ ਸੀਗਾ ਏਦਾਂ? ਨਹੀਂ। ਇਹਦੇ ਨਾਨਕਿਆਂ ਚ? ਨਹੀਂ ਨਹੀਂ ਨਹੀਂ। ਵੀਰੇ ਤੇਰਾ ਨਾਂ ਕੀ ਆ? ਸੁਖਵਿੰਦਰ ਸਿੰਘ। ਪਾਣੀ ਪਿਲਾਓ ਕੱਟ। ਸੁਖਵਿੰਦਰ ਸਿੰਘ ਕੀ ਹੋ ਗਿਆ ਤੈਨੂੰ? ਠੀਕ ਆ, ਵੈਸੇ ਇਹ ਜੀਨ ਨੇ ਜਿਹਦੀ ਗਾਲਾਂ ਕੱਢਦੀ ਦਿਨ ਰਾਤ ਮੈਨੂੰ। ਅੱਛਾ, ਇਹਨੂੰ ਦੌੜ ਜਾਗਾ ਮੈਨੂੰ ਪਰੇਸ਼ਾਨੀ ਆਈ ਹੋਈ ਹੈ। ਪਤਾ ਠੀਕ ਆ, ਮੈਂ ਪੜ੍ਹਿਆ ਲਿਖਿਆ। ਕਿੰਨਾ ਪੜ੍ਹਿਆ? ਟੈਂਥ ਕਲਾਸ ਮੈਟ੍ਰਿਕ ਗ੍ਰੈਜੂਏਸ਼ਨ। ਮੈਟ੍ਰਿਕ ਗ੍ਰੈਜੂਏਸ਼ਨ ਕੀਤੀ ਆ? ਠੀਕ ਆ ਭਾਈ ਸੁਖਵਿੰਦਰ, ਕੋਈ ਨਾ, ਫਿਕਰ ਨਾ ਕਰ। ਇਹ ਵੀ ਖੋਲਦੇ ਆ, ਖੋਲਦੇ ਆ, ਉੱਥੇ ਲੈ ਕੇ ਜਾਂਦੇ ਆ ਅੰਦਰ, ਫਿਰ ਖੋਲਦੇ ਆ ਆਪਾਂ। ਇਹਨਾਂ ਨੂੰ ਨਾ ਭੇਜੋ ਅੰਦਰ। ਵਿੱਕੀ ਕਿੱਥੇ ਆ? ਡਾਕਟਰ ਆ ਗਿਆ? ਤੇ ਇਹਨਾਂ ਦਾ ਚੈੱਕਅਪ ਕਰਾ ਦੋ ਪਹਿਲਾਂ, ਇੱਦਾਂ ਹੀ ਭੇਜ ਦੋ ਅੰਦਰ। ਚਲੋ ਲੈ ਕੇ ਚੱਲੋ ਕਾਕਾ ਵਲੰਟੀਅਰ, ਅੱਗੇ ਆ ਕੇ ਸੇਵ ਸਿਆ। ਹਾਂਜੀ ਭੈਣੇ, ਦੇਖੋ ਇੱਕ ਨਿੱਕੀ ਜਿਹੀ ਬੱਚੀ ਤੇ ਉਹਦਾ ਲੈ ਵੀਰੇ ਪਾਣੀ ਪੀ। ਥੈਂਕ ਯੂ। ਉਹਦਾ ਦਿਮਾਗ ਕੀ ਸੋਚ ਰਿਹਾ ਹੋਊ, ਕੀ ਸਮਝ ਰਿਹਾ ਹੋਊ, ਕੀ ਦੇਖ ਰਿਹਾ, ਕੀ ਉਹਦੇ ਮਨ ਦੇ ਵਿੱਚ ਚੱਲ ਰਿਹਾ ਵਾ, ਬਈ ਮੈਂ ਆਪਣੇ ਪਾਪਾ ਦੇ ਲਈ ਮਤਲਬ ਕੀ ਸੋਚਾਂ, ਕੀ ਸਮਝਾਂ, ਕੀ ਮਹਿਸੂਸ ਕਰਾਂ। ਮਾਂ ਕਹਿ ਰਹੀ ਹੈ ਪੁੱਤ ਪਿੱਛੇ ਰਹਿ, ਲੁਕ ਜਾ, ਡਰ ਜਾ, ਬਾਪੂ ਮਾਰ ਦੂਗਾ ਤੈਨੂੰ। ਖੁਦ ਬਾਪ ਇਹ ਕਹਿ ਰਿਹਾ ਵੀ ਮੇਰਾ ਪੁੱਤ ਮੈਨੂੰ ਮਾਰਦਾ ਕੁੱਟਦਾ। ਪਹਿਲਾਂ ਨਹੀਂ ਸੀ ਇਹ ਜਾ, ਪਹਿਲਾਂ ਵਧੀਆ ਸੀ, ਸਿਆਣਾ ਸੀ, ਪੜ੍ਹਿਆ ਲਿਖਿਆ ਕੰਮ ਕਰਦਾ ਸੀ, ਪਰ ਹੁਣ ਪਿਛਲੇ ਸਮੇਂ ਚ ਪਤਾ ਨਹੀਂ ਕੀ ਹੋਇਆ, ਪੰਜਵੀਂ ਚ ਪੜ੍ਹਦੀ ਨਿੱਕੀ ਜਿਹੀ ਧੀ ਦੇ ਹੱਥ ਚ ਡੰਡਾ ਆ ਗਿਆ ਤੇ ਘਰ ਵਾਲੀ ਦੇ ਹੱਥ ਚ ਉਹਦੀਆਂ ਲੱਤਾਂ ਬਾਹਾਂ ਨੂੰ ਬੰਨ ਕੇ ਰੱਸਾ ਆ ਗਿਆ। ਇਹ ਕਿੱਡੀ ਤ੍ਰਾਸਦੀ ਆ ਸਾਡੇ ਅੱਜ ਦੇ ਸਮਾਜ। ਪਿੰਡ ਜਲੰਧਰ, ਜ਼ਿਲ੍ਹਾ ਜਲੰਧਰ ਆ ਤੇ ਪਿੰਡ ਭੋਜੋ ਵਾਲਿਆ। ਪਿੰਡ ਭੋਜੋ ਵਾਲਾ, ਠੀਕ ਹੈ, ਸਤਿ ਸ੍ਰੀ ਅਕਾਲ ਬਾਈ ਜੀ। ਇੱਕ ਮਿੰਟ ਕਰਦੇ। ਪਿੰਡ ਭੋਜੋ ਵਾਲਾ ਸ਼ਾਮਾ ਦੇ ਕੋਲ ਰਾਮਾ ਮੰਡੀ ਚੌਂਕ ਤੋਂ 7 ਕਿਲੋਮੀਟਰ ਆ ਜੀ। ਜੋਲ ਬਲੇਨਾ ਗੁਰਦੁਆਰਾ ਵਾ ਨਾਲ, ਬਹੁਤ ਵੱਡਾ ਸੰਤਾਂ ਦਾ ਜੀ। ਜੋਲ ਬਲੇਨਾ ਤੋਂ ਮੰਨ ਲਓ 1.5-2 ਸਾਲਾਂ ਤੋਂ ਇਹ ਹੋਇਆ ਤਾਂ ਪਹਿਲਾਂ ਠੀਕ ਸੀ ਜਮਾ? ਪਹਿਲਾਂ ਦਵਾਈ ਚੱਲੀ ਹੈ ਕਿਤੋਂ? ਕਿੱਥੋਂ? ਜਲੰਧਰੋਂ ਕਿੱਥੋਂ ਚੱਲਦੀ ਸੀ? ਕਿਹਦੇ ਅੰਦਰ? ਕੋਲਡ ਖਾ ਲੈਂਦਾ ਸੀ ਦਵਾਈ? ਹਾਂਜੀ, ਦਵਾਈ ਖਾ ਕੇ ਠੀਕ ਹੋ ਜਾਂਦਾ ਸੀ? ਦਵਾਈ ਲਿਆਉਂਦੇ ਸੀ, ਖਾਂਦੇ ਸੀਗੇ, ਪਤਾ ਨਹੀਂ ਵੀ ਇੱਕਦਮ ਕੀ ਹੋਇਆ ਇਹਨਾਂ ਨੇ। ਪਰ ਦਵਾਈ ਕਿੰਨੇ ਕੁ ਟਾਈਮ ਤੋਂ ਚੱਲਦੀ ਆ? ਦਵਾਈ ਤਾਂ ਕਹਿੰਦਾ ਮਤਲਬ ਮੈਂ ਭਾਜੀ ਉਹਨਾਂ ਨੇ ਦੱਸਿਆ ਵੀ ਜਾਨੀ ਕਿ ਤੇਰੇ ਵਿਆਹ ਤੋਂ ਪਹਿਲਾਂ ਹੀ ਸੀ। ਤੇਰੇ ਵਿਆਹ ਤੋਂ ਪਹਿਲਾਂ ਹੀ ਸੀ? ਮਤਲਬ ਪਹਿਲਾਂ ਜਿਹੜੀ ਘਰ ਵਾਲੀ ਛੱਡ ਕੇ ਚਲੀ ਗਈ ਸੀ ਉਹਦਾ ਤਲਾਕ ਹੋ ਗਿਆ ਜੀ।
ਜੇਡਾ ਵਿਚਾਰੀ ਦੇ ਨਾਲ ਚਲੋ ਸੀਗਾ ਮੇਲ ਜੋੜ, ਜਿਹਨਾਂ ਨੂੰ ਅਸੀਂ ਮਤਲਬ ਗੱਲ ਕੀਤੀ ਮੇਰੇ ਪਿਆਰ ਦੋਸਤ ਆ ਉਸਦੀ ਸਾਰੀ ਆ। ਵਿਆਹ ਕਦੋਂ ਹੋਇਆ? ਇਹ ਹੋਏ ਆ ਜੀ 4-5 ਸਾਲ ਹੋ ਗਏ। ਇਹ ਬੇਟੀ? ਬੇਟੀ ਨਾਲ ਹੀ ਲੈ ਲਈ। ਅੱਛਾ ਅੱਛਾ। ਚਲੋ ਅਸੀਂ ਕਹਿੰਦੇ ਸੀ ਬਾਪੂ ਦੀ ਜ਼ਿੰਦਗੀ ਦਾ ਵਾਧਾ ਕਰ ਜਾਵੇ, ਚਲੋ ਇਹਨਾਂ ਦੀ ਰੋਟੀ ਪੱਕ ਜੂ। ਉਸ ਟਾਈਮ ਬਿਲਕੁਲ ਸਹੀ ਸੀਗਾ, ਦੇਖੋ ਜੀ ਸੱਚ ਦੱਸੋ ਨਾ ਗੱਲ, ਮਤਲਬ ਪਹਿਲਾਂ ਹੀ ਸੀ ਪ੍ਰੋਬਲਮ, 15-20 ਸਾਲ ਪੁਰਾਣੀ ਪ੍ਰੋਬਲਮ, ਜਦੋਂ ਇਹ ਜਵਾਨੀ ਚ ਪੈਰ ਧਰਿਆ ਸੀ ਉਦੋਂ ਹੀ ਹੋ ਗਿਆ, ਉਦੋਂ ਬਾਅਦ ਠੀਕ ਹੋ ਗਿਆ ਦਵਾਈ ਖਾਂਦਾ। ਬਹੁਤ ਵਧੀਆ ਪੜ੍ਹਾਈ ਇਹਨੇ ਕੋਰਸ ਕੀਤਾ ਵਾ। ਮੈਂ ਉਹੀ ਕਹਿੰਦਾ ਜਿਹੜਾ ਜਵਾਨੀ ਚ ਪ੍ਰੋਬਲਮ ਆਉਂਦੀ ਹੈ ਨਾ ਉਹ ਪਿੱਛੋਂ ਖੂਨ ਚ ਹੁੰਦੀ ਆ, ਮਤਲਬ ਬਾਪੂ ਨੂੰ ਕਿਤੇ ਹੋਊ ਤੁਹਾਡੇ ਪਰਿਵਾਰ ਚ ਪਹਿਲਾਂ ਕਿਸੇ ਨੂੰ ਸੀਗੀ ਇਹਦੇ ਨਾਨਕਿਆਂ ਚ ਜਾਂ ਇਹਦੇ ਦਾਦਕਿਆਂ ਚ, ਨਾਨਾ ਨਾਨੀ ਦਾਦਾ ਦਾਦੀ ਤਾਇਆ ਚਾਚਾ ਮਾਸੀ ਭੂਆ ਉਹ ਭਲਵਾਨੋ ਉਹ ਗਾਜੀ ਜਾਣੇ ਵਾਲੇ ਠੀਕ ਆ। ਚਲੋ ਆਪਾਂ ਪੁਰਾਣਾ ਰਿਕਾਰਡ ਲੈ ਕੇ ਆਂਦਾ ਨਾਲ, ਪੁਰਾਣੀਆਂ ਰਿਕਾਰਡ ਲਿਆਂਦੀਆਂ ਪਰਚੀਆਂ ਜਿਹੜੀਆਂ ਪਹਿਲਾਂ ਦਵਾਈ ਚੱਲਦੀ ਸੀ। ਨਹੀਂ ਭਾਜੀ ਇਹਨਾਂ ਨੇ ਪਾੜ ਦਿੱਤੀਆਂ ਸਾਰੀਆਂ, ਸਭ ਪਾੜ ਦਾ ਹੋਇਆ ਇਹਨੇ ਤਾਂ ਘਰ, ਇਹਨਾਂ ਨੇ ਜੋ ਸੀ ਪੁਰਾਣਾ ਸਮਾਨ ਇਹਨਾਂ ਨੇ ਸਾਰਾ ਫੋਟੋਆਂ ਲਾ ਕੇ ਪਾੜ ਪਾੜ ਕੇ ਭਾਜੀ ਇਹਨਾਂ ਨੇ ਕੂੜੇ ਚ ਸਿੱਟੀਆਂ ਪਾਪਿਆਂ ਦੇ ਪਾਪਿਆਂ ਦੀਆਂ। ਤੁਸੀਂ ਲੁਧਿਆਣੇ ਤੋਂ? ਚਲੋ ਕੋਈ ਨਾ, ਇਹਨੂੰ ਜੇ ਆਪਾਂ ਇੱਥੇ ਦਾਖਲ ਕਰਦੇ ਹਾਂ 10-12 ਦਿਨ 15 ਦਿਨ ਤੁਹਾਨੂੰ ਨਾਲ ਰਹਿਣਾ ਪਊਗਾ। ਇੱਕ ਜਾਣੇ ਨੂੰ ਰਹਿ ਪਊਗੇ, ਇੱਥੇ ਰਹਿ ਕੇ ਨਾਲ ਸੇਵਾ ਵੀ ਕਰਾਉਣੀ ਹੈ, ਇਹਦੀ ਵੀ ਕੇਅਰ ਕਰਨੀ ਹੈ। ਠੀਕ ਆ, ਕੋਈ ਗੱਲ ਨੀ, ਭੇਜੋ ਅੰਦਰ। ਸਤਨਾਮ ਨੂੰ ਬਾਹਲੀ ਪ੍ਰੋਬਲਮ ਆ ਗਈ ਅੱਜ। ਕੀ ਨਾਮ ਵੀ ਜੀ? ਸੁਰਿੰਦਰ ਸਿੰਘ। ਅਸੀਂ 10 ਦਿਨਾਂ ਲਈ ਭਰਤੀ ਕਰ ਰਹੇ ਹਾਂ ਭੈਣ ਤੈਨੂੰ, ਦੇਖਦੇ ਹਾਂ ਬਾਕੀ ਵਾਹਿਗੁਰੂ ਕਿੱਦਾਂ ਹਨਾ। ਹਾਂ ਕੋਈ ਨਾ, ਉੱਥੇ ਦਿਖਾਉਣੀ ਹੈ ਗਾਂ ਜਾ ਕੇ, ਲੈ ਕੇ ਚੱਲੋ ਪੁੱਤ ਅੰਦਰ, ਐਂ ਵੀਲ ਚੇਅਰ ਚੱਕੋ ਰੋੜ ਕੇ, ਐਂ ਨਹੀਂ ਲੈ ਜਾਓ ਅੱਗੇ ਆਉਣਾ। ਹਾਂਜੀ ਹਾਂਜੀ, ਮੇਰੀ ਟੀਮ ਆ ਗਈ ਸੀ, ਅਸੀਂ ਡਾਕੂਮੈਂਟ ਜੀ ਉੱਥੇ ਗੁਰਵਿੰਦਰ ਨੂੰ ਮਿਲੋ ਪਹਿਲਾਂ, ਗੁਰਵਿੰਦਰ ਬਸ ਲਾਈਵ ਚੱਲ ਰਿਹਾ ਜੀ, ਅਸੀਂ ਨਾ ਕਰ ਰਹੇ ਆ ਕੰਮ, ਫਿਰ ਕੋਈ ਨਾ ਆਪਾਂ ਮਿਲਦੇ ਆਂ। ਪਤਾ ਨਹੀਂ ਹੁਣ ਗੁਰਵਿੰਦਰ ਨਾਲ ਤੁਸੀਂ ਗੱਲ ਕਰੋ, ਮੈਂ ਗੁਰਵਿੰਦਰ ਨਾਲ ਗੱਲ ਕਰੀ ਸੀਗੀ, ਜਾਂ ਤਾਂ ਪਹਿਲਾਂ ਪਲੈਨਿੰਗ ਹੋ ਜਾਂਦੀ ਨਾ, ਤੁਸੀਂ ਪਹਿਲਾਂ ਆ ਜਾਂਦੇ ਤੁਸੀਂ ਅੱਜ, ਮੈਂ ਤਾਂ ਕਹਿੰਦਾ ਵਾਚ ਕਰ ਲੈਂਦੇ ਪਹਿਲਾਂ, ਦੇਖਦੇ ਕੀ ਆ ਸਿਸਟਮ ਕਿਵੇਂ ਆ। ਉਹ ਗਿੱਕਾ ਕਿੱਥੇ ਆ? ਇੱਕ ਮਿੰਟ ਬੁਲਾਉਣੇ, 2 ਮਿੰਟ ਰੁਕੋ। ਸਤਿ ਸ਼੍ਰੀ ਅਕਾਲ ਜੀ ਭਗਵਾਨ ਜੀ, ਠੀਕ ਹੋ? ਕੀ ਹਾਲ ਹੈ ਪੁੱਤ? ਠੀਕ ਹੋ? ਸਤਿ ਸ਼੍ਰੀ ਅਕਾਲ। ਹੋਰ ਠੀਕ ਹੈ ਘਰੇ? ਸਭ ਠੀਕ ਆ ਬਾਈ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਵੀਰੇ, ਲੁਧਿਆਣੇ ਤੋਂ ਆਏ ਤੁਸੀਂ? ਨਾ ਬਾਈ ਨਾ, ਪੈਰੀ ਹੱਥ ਨਹੀਂ ਲਾਉਣੇ। ਕੀ ਨਾਂ ਤੇਰਾ? ਵੀਰੇ ਉਹਨਾਂ ਨੂੰ ਦੱਸਦੇ ਬਾਈਆਂ ਨੂੰ ਕੀ ਕਰ? ਹਾਂ ਮੈਂ ਲਾਈਵ ਚ ਕੀ ਗੱਲ ਕਰਾਂ? ਅੱਛਾ ਕਿੱਥੋਂ ਆਏ ਹੋ ਬਾਈ? ਲੁਧਿਆਣੇ ਕਿਹੜੀ ਬਸਤੀ ਤੋਂ ਆਏ? ਕਿੱਥੋਂ ਆਏ? ਖਾਸੀ ਤੋਂ ਆਏ। ਕਿੰਨੇ ਕੁ ਟਾਈਮ ਤੋਂ ਵੀਰ ਆਏ? ਬੰਨੇ ਤਾਂ ਠੀਕ ਆ, ਬੰਨਿਆ ਕਾਹਤੋਂ ਆ? ਇਹ ਜੀ ਲੋਕਾਂ ਕਦੇ ਗਲੀ ਜਾਂਦਾ, ਕਿਸੇ ਨਾਲ ਕੋਈ ਮਾੜੀ ਗੱਲ, ਇੱਟਾਂ ਮਾਰਦਾ ਲੋਕਾਂ ਨੂੰ, ਇੱਟਾਂ ਮਾਰਦਾ ਜਣੇ ਖਣੇ ਲੜਾਈ ਲੈਂਦਾ ਜੀ। ਕੋਈ ਚੀਜ਼ ਨਾ ਇੱਕ ਮਿੰਟ ਚ ਆਵੇ ਤਾਂ ਗੁੱਸੇ ਹੋ ਜਾਣਾ, ਡੈਡੀ ਹੋਵੇ ਉਹਨੂੰ ਮਾਰ ਲੂਗਾ ਇੱਟ ਚੱਕ ਕੇ।
ਕੋਈ ਘਰ ਦੇ ਹੋਣ, ਭਾਬੀ ਹੋਣ, ਤਾਂ ਮਾਰੂ, ਕੋਈ ਸਾਰਿਆਂ ਨੂੰ ਮਾਰਦਾ, ਘੁੰਮਦਾ ਹੀ ਰਹੂਗਾ, ਸਾਰੀ ਦਿਹਾੜੀ ਘੁੰਮਦਾ ਹੀ ਰਹੂਗਾ ਜੀ, ਥੱਕਦਾ ਹੀ ਨਹੀਂ, ਕਦੇ ਚਾਹ ਪੀਣ ਸਟੇਸ਼ਨ 'ਤੇ ਚੱਲ ਜੂਗਾ, 10-15 ਕਿਲੋਮੀਟਰ ਦੂਰ ਆ ਜੀ, ਉੱਥੇ ਚੱਲ ਜੂਗਾ, ਕਾਫੀ ਦੂਰ ਦੂਰ ਪੈਦਲ ਹੀ ਤੁਰਦਾ ਰਹਿੰਦਾ ਜੀ ਉਹ। ਕਿੰਨੇ ਕੁ ਟਾਈਮ ਤੋਂ? ਇਹ ਮਤਲਬ ਜੀ ਇਹ ਹੋ ਗਿਆ ਹੁਣ ਇਹਨੂੰ 6-7 ਮਹੀਨੇ ਹੋ ਗਏ, ਪਹਿਲਾਂ ਵੀ ਹੋਇਆ ਸੀਗਾ, ਸਰਦੀਆਂ 'ਚ ਠੀਕ ਹੋ ਗਿਆ ਸੀ, ਗਰਮੀਆਂ 'ਚ ਇਹਦਾ ਆਹੀ ਹਾਲ ਹੋ ਜਾਂਦਾ। ਹਰ ਸਾਲ? ਹਾਂਜੀ। ਕਿੰਨੇ ਕੁ ਸਾਲ ਤੋਂ? ਇਹ ਹੋ ਗਏ 2-3 ਸਾਲਾਂ ਤੋਂ ਹੋ ਰਿਹਾ। ਤੂੰ ਪਹਿਲਾਂ ਜਮਾ ਠੀਕ ਸੀ? ਹਾਂਜੀ, ਪਹਿਲਾਂ ਠੀਕ ਸੀ, ਦਵਾਈ ਚੱਲਦੀ ਸੀ, ਮਤਲਬ ਪ੍ਰੋਬਲਮ ਕਿਦੋਂ ਤੋਂ? ਪ੍ਰੋਬਲਮ ਸ਼ੁਰੂ ਤੋਂ ਦਿਮਾਗ ਦੀ, ਮਤਲਬ ਤੋਰੇ ਜੇ। ਪੜਿਆ ਕਿੰਨਾ ਵੀਰੇ? ਕਿੰਨਾ ਪੜਿਆ ਵੀਰੇ? 7-8 ਤੱਕ ਪੜਿਆ। ਕੀ ਕੰਮ ਕਰਦਾ ਜੀ? ਮੈਂ ਡੱਬਿਆਂ ਦਾ ਕੰਮ ਕਰਦਾ ਜੀ, ਲੇਡੀ ਸੈਂਡਲ ਜੀ ਜੈਸ। ਹੁਣ ਕਿੰਨੇ ਟਾਈਮ ਤੋਂ ਬੰਨਿਆ ਹੋਇਆ ਬਾਈ? 2 ਮਹੀਨਿਆਂ ਤੋਂ ਹੁਣ ਬੰਨਿਆ ਜੀ, ਪਹਿਲਾਂ ਇਹ ਬੰਨਿਆ ਸੀਗਾ, 4 ਮਹੀਨੇ ਪਹਿਲਾਂ ਬੰਨਿਆ ਸੀ, ਫਿਰ 6 ਮਹੀਨੇ ਬੰਨਿਆ। ਦੇਖੋ ਲੱਕ ਨੂੰ ਜਿੰਦਾ ਲਾ ਕੇ ਸੰਗਲ ਲਾ ਕੇ ਵੀਰੇ ਹੁਣੀ ਲੈ ਕੇ ਆਏ, 6 ਮਹੀਨੇ ਹੋ ਗਏ ਬਾਈ ਨੂੰ ਸੰਗਲ ਨਾਲ ਬੰਨੇ ਹੋਏ ਨੇ। ਅੰਮ੍ਰਿਤਪਾਲ ਡੱਬਿਆਂ ਦਾ ਕੰਮ ਕਰਦਾ ਸੀ, 8 ਪੜਿਆ ਹੋਇਆ, ਸਾਲ ਦੇ ਵਿੱਚ ਕੁਛ ਮਹੀਨੇ ਬਹੁਤ ਅਪਸੈਟ ਹੋ ਜਾਂਦਾ ਤੇ ਬਾਕੀ ਸਮਾਂ ਵਧੀਆ ਕੰਮ ਕਰਦਾ। ਇਹ ਹਾਲਾਤ ਕਿਉਂ ਬਣਦੇ ਆ ਇਹ ਸਮਝਣਾ ਪੈਣਾ ਸਾਨੂੰ। ਹੁਣ ਜਿਵੇਂ ਤਾਂ ਇਹ ਵੀਰਾ ਠੀਕ ਹੋ ਜਾਂਦਾ, ਉਦੋਂ ਦਵਾਈ ਨਹੀਂ ਖਾਂਦਾ, ਬੰਦ ਕਰ ਦਿੰਦਾ, ਜਦੋਂ ਪ੍ਰੋਬਲਮ ਆਉਂਦੀ ਹੈ ਉਦੋਂ ਘਰ ਦੇ ਵੀ ਫਿਰ ਇਹਨੂੰ ਫੜ ਕੇ ਦਵਾਈਆਂ ਦਵਾਉਂਦੇ ਆ, ਬੰਨਦੇ ਆ। ਜੇ ਇਹ ਦਵਾਈ ਲਗਾਤਾਰ ਖਾ ਲਵੇ 2-3 ਸਾਲ ਤੇ ਇਹ ਵੀਰੇ ਨੂੰ ਪ੍ਰੋਬਲਮ ਆਉਣੀ ਹੀ ਨਹੀਂ। ਬਹੁਤ ਸਾਰੇ ਲੋਕਾਂ ਨੂੰ ਆ ਜਦੋਂ ਇਹਨਾਂ ਦਿਨਾਂ ਦੇ ਵਿੱਚ ਸਾਲ ਦੇ ਵਿੱਚ ਕੁਛ 1-2 ਮਹੀਨੇ ਇੱਦਾਂ ਦੇ ਆ ਜਦੋਂ ਅਪਸੈਟ ਹੋ ਜਾਂਦੇ ਬਹੁਤ ਜ਼ਿਆਦਾ, ਉਹਨਾਂ ਦੀ ਸਭ ਤੋਂ ਵੱਡੀ ਪ੍ਰੋਬਲਮ ਹੀ ਇਹ ਆ ਵੀ ਉਹ ਇਲਾਜ ਨਹੀਂ ਸਹੀ ਤਰੀਕੇ ਨਾਲ ਕਰਵਾਉਂਦੇ। ਜੇ ਇਹਨਾਂ ਦਾ ਇਲਾਜ ਸਹੀ ਤਰੀਕੇ ਨਾਲ ਚੱਲੇ ਕਦੇ ਪ੍ਰੋਬਲਮ ਆਵੇ ਹੀ ਨਾ। ਸਾਡੇ ਕੋਲ ਬਾਈ ਬਹੁਤ ਸਾਰੇ ਪੇਸ਼ੈਂਟ ਆਉਂਦੇ, ਮਸਲਾ ਇਹ ਜਦੋਂ ਇਹਨੇ ਠੀਕ ਹੋ ਜਾਣਾ ਉਦੋਂ ਬਾਅਦ ਤੁਸੀਂ ਆਪਦੀ ਜ਼ਿੰਦਗੀ 'ਚ ਆਪਦੀ 'ਚ ਦਵਾਈ ਨਹੀਂ ਖਾਂਦਾ, ਦਵਾਈ 2 ਸਾਲ ਲਗਾਤਾਰ ਚਲਾ ਦਿਓ, ਕਦੇ ਪ੍ਰੋਬਲਮ ਆਉਣੀ ਨਹੀਂ ਫਿਰ ਬਾਅਦ 'ਚ। ਨੀਂਦ ਦੀ ਗੋਲੀ ਹੁੰਦੀ ਕਿਹੜੀ ਦਵਾਈ ਚੱਲਦੀ ਹੈ ਜੀ, ਫਿਰ ਇਹਨੂੰ ਨੀਂਦ ਹੀ ਨਹੀਂ ਆਉਂਦੀ ਜੀ, ਗੋਲੀ ਖਾ ਦਵਾਈ ਖਾ ਵੀ ਲਵੇ ਨੀਂਦ ਨਹੀਂ ਆਊਗੀ ਇਹਨੂੰ, ਪਤਾ ਨਹੀਂ ਕੀ ਹੋ ਜਾਂਦਾ। ਨੀਂਦ ਨਹੀਂ ਆ ਰਹੀ ਮਤਲਬ ਦਵਾਈ ਸਹੀ ਨਹੀਂ ਹੈਗੀ ਨਾ, ਦਵਾਈ ਚੇਂਜ ਕਰਨ ਦੀ ਲੋੜ ਹੁੰਦੀ ਹੈ, ਚੈੱਕਅਪ ਕਰਾਉਣ ਦੀ ਲੋੜ ਆ ਦੁਬਾਰਾ। ਹੁਣ ਜੇ ਤੁਸੀਂ ਸਾਡੇ ਕੋਲੋਂ ਦਵਾਈ ਸ਼ੁਰੂ ਕਰਾ ਰਹੇ ਹੋ ਨਾ ਤਾਂ ਇਹ ਧਿਆਨ ਰੱਖਣਾ ਪੈਣਾ ਬਾਈ, ਥੋੜੀ ਜ਼ਿੰਮੇਵਾਰੀ ਤੁਹਾਨੂੰ ਵੀ ਚੱਕਣੀ ਪੈਣੀ ਹੈ ਨਾਲ। ਹੁਣ ਜੇ ਇਹਨੂੰ ਆਪਾਂ ਥੋੜੇ ਦਿਨ ਦਾਖਲ ਰੱਖੀਏ ਨਾਲ ਰਹੋਗੇ ਕਿ ਜਾਣਾ? ਇੱਕ ਜਣਾ ਰਹਿ, ਇਹ ਨਾ ਹੋਵੇ 2 ਦਿਨਾਂ ਬਾਅਦ ਤੁਸੀਂ ਛੁੱਟੀ ਮੰਗਣ ਲੱਗ ਜਾਓ ਵੀ ਮੈਂ ਤਾਂ ਕੰਮ ਆ ਮੇਰਾ ਔਖਾ ਵਾ ਪਿੱਛੇ, ਤੁਸੀਂ ਇਹਨੂੰ ਰੱਖ ਲਓ ਮੈਂ ਜਾਣਾ, ਇੱਥੇ ਰਹਿਣਾ ਪਊਗਾ 10 ਦਿਨ ਇੱਕ ਜਾਣੇ ਨੂੰ।